ਅੱਜ ਦਾ ਜਿਹੜਾ ਸਾਡਾ ਇਹ ਚੱਲ ਰਿਹਾ ਹੈਗਾ ਧਰਨਾ ਡੀਸੀ ਦਫ਼ਤਰ ਦੇ ਅੱਗੇ, ਇਹ ਗੰਨੇ ਦੇ ਬਕਾਏ ਨੂੰ ਲੈ ਕੇ ਆ, ਜਿਹੜਾ ਕਿ ਲਗਭਗ 41 ਕਰੋੜ ਰੁਪਈਆ ਸਾਡਾ ਫਗਵਾੜਾ ਗੰਨਾ ਮਿੱਲ ਵੱਲ ਬਕਾਇਆ ਖੜਾ, ਜਿਸ ਦਾ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਜਦੋਂ ਸਾਡਾ ਧਰਨਾ ਚੱਲ ਰਿਹਾ ਮਿੱਲ ਦੇ ਅੱਗੇ ਤੇ ਅਸੀਂ ਤਾਲੇ ਲਾਏ ਹੋਏ ਸੀ ਮਿੱਲ ਨੂੰ, ਤਾਂ ਸਮਝੌਤਾ ਕਰਾਇਆ ਸੀ ਜਿਹਦੇ ਵਿੱਚ ਖੁਨੀਆ ਸਾਹਿਬ ਬੈਠੇ ਸੀ, ਖੇਤੀਬਾੜੀ ਮੰਤਰੀ, ਜਿਹਦੇ ਵਿੱਚ ਚੀਫ ਐਗਰੀਕਲਚਰ ਬੈਠੇ ਸੀ, ਕੇਂਦਰ ਕਮਿਸ਼ਨਰ ਬੈਠੇ ਸੀ, ਔਰ ਉਹਦੇ ਵਿੱਚ ਸਾਡੇ ADGP ਸਾਹਿਬ ਜਸਕਰਨ ਸਿੰਘ ਜੀ ਬੈਠੇ ਸੀ, ਔਰ ਉਹਨਾਂ ਨੇ ਇੱਕ ਐਗਰੀਮੈਂਟ ਕਰਾਇਆ ਸੀ, ਇੰਦਰ ਪ੍ਰਤਾਪ ਰਾਣਾ ਜੀ ਬੈਠੇ ਸੀ ਜਿਹੜੇ ਨਵੇਂ ਆਉਣ ਨੇ ਫਗਵਾੜਾ ਮਿੱਲ ਦੇ ਰਾਣਾ ਗਰੁੱਪ, ਤੇ ਉਹਨਾਂ ਨੇ ਇਹ ਫੈਸਲਾ ਕਰਾਇਆ ਸੀ ਕਿ 30 ਅਪ੍ਰੈਲ ਤੱਕ ਸਾਰੇ ਦਾ ਸਾਰਾ ਪਿਛਲਾ ਬਕਾਇਆ ਔਰ ਕਰੰਟ ਸੀਜ਼ਨ ਦਾ ਸਾਰਾ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਏਗਾ। ਪਰ ਤੁਸੀਂ ਵੇਖ ਲਓ, ਅੱਜ ਜਿਹੜਾ ਅਗਸਤ ਮਹੀਨਾ ਵੀ ਸਾਰਾ ਲੰਘ ਚੱਲਿਆ, ਹਾਲੇ ਤੱਕ ਸਾਡਾ ਪੁਰਾਣਾ 27 ਕਰੋੜ ਉਹ ਵੀ ਖੜਾ, ਔਰ 14 ਕਰੋੜ ਕਰੰਟ ਸੀਜ਼ਨ ਦਾ ਜਿਹੜੀ ਇੰਦਰ ਪ੍ਰਤਾਪ ਰਾਣੇ ਉਹਨਾਂ ਨੇ ਮਿੱਲ ਚਲਾਈ ਹੈ ਰਾਣਾ ਗਰੁੱਪ ਨੇ, ਉਹਦਾ ਵੀ ਖੜਾ। ਸੋ ਇਹ ਸਰਕਾਰ ਨੂੰ ਅਸੀਂ ਹੁਣ ਵੀ ਅਗਾਹ ਕੀਤਾ, ਖੁੰਡੀਆਂ ਸਾਹਿਬ ਨੂੰ ਮਿਲੇ ਬਕਾਇਦਾ ਜਾ ਕੇ 31 ਜੁਲਾਈ ਨੂੰ, ਔਰ ਉਹਨਾਂ ਨੇ ਕਿਹਾ ਵੀ ਮੈਂ ਮੀਟਿੰਗ ਬੁਲਾਉਣਾ ਤੁਹਾਡਾ ਹੱਲ ਕਰਨਾ, ਪਰ ਕੋਈ ਗੱਲ ਨਹੀਂ ਕੀਤੀ। ਉਲਟਾ ਸਾਨੂੰ ਇਹ ਪਤਾ ਲੱਗਿਆ ਵੀ ਖੁੰਡੀਆਂ ਸਾਹਿਬ ਬਾਹਰਲੇ ਦੇਸ਼ ਚਲੇ ਗਏ, ਤੇ ਜਦੋਂ CM ਸਾਹਿਬ ਨੂੰ ਕਿਹਾ, CM ਸਾਹਿਬ ਨੇ ਹੱਸ ਕੇ ਟਾਲਤਾ ਕਿ ਰਾਣਾ ਤੇ ਮੇਰਾ ਮਿੱਤਰ ਹੈ, ਤੇ ਮੈਂ ਉਹਨੂੰ ਕਹਿੰਦਾ ਉਹਨੂੰ ਕੋਲ ਬੜੇ ਪੈਸੇ ਆ, ਤੁਹਾਨੂੰ ਦੇ ਦੇਵੇਗਾ, ਪਰ ਹਾਲੇ ਤੱਕ ਸਾਡੇ ਪੈਸੇ ਨਹੀਂ ਆਏ। ਸੋ ਇੰਨੀ ਕੁ ਸੁਹਿਰਦ ਸਾਡੀ ਸਰਕਾਰ ਹੈ ਪੰਜਾਬ ਸਰਕਾਰ। ਅੱਜ ਇਹ ਸੰਕੇਤਕ ਤੌਰ ਤੇ ਧਰਨਾ DC ਆਫਿਸ ਦੇ ਅੱਗੇ ਕਪੂਰਥਲਾ ਸਾਹਿਬ ਦੇ ਦੇਣ ਆਏ ਹੈ। ਅੱਜ ਇਹ ਧਰਨਾ ਸਾਡਾ ਸ਼ਾਮ ਤੱਕ ਹੋਏਗਾ, ਅਗਰ ਸਾਡੀ ਹੁਣ ਸਰਕਾਰ ਨੇ ਬਾਹ ਨਹੀਂ ਫੜੀ, ਨਹੀਂ ਕੋਈ ਹੱਲ ਕੱਢਿਆ, ਤੇ ਫਿਰ ਨੈਸ਼ਨਲ ਹਾਈਵੇ ਜਾਮ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦੀ ਡੇਟ ਵੀ ਅੱਜ ਇੱਥੇ ਅਨਾਊਂਸ ਕਰਕੇ ਜਾਵਾਂ। ਬਿਲਕੁਲ, ਇਹ ਫਗਵਾੜਾ ਸ਼ੂਗਰ ਮਿੱਲ ਦੀ ਗੱਲ ਹੈ। ਫਗਵਾੜਾ ਸ਼ੂਗਰ ਮਿੱਲ ਦਾ 21-22 ਸੀਜ਼ਨ ਦਾ 27 ਕਰੋੜ, ਤੁਸੀਂ ਦੇਖੋ 21-22 ਸੀਜ਼ਨ 4 ਸਾਲ ਪੁਰਾਣਾ, ਔਰ 14 ਕਰੋੜ 23-24 ਸੀਜ਼ਨ ਦਾ ਸਾਡਾ ਕਰੰਟ ਸੀਜ਼ਨ ਜਿਹੜਾ ਪਿਛਲਾ ਗਿਆ ਉਹਦਾ ਖੜਾ। ਸਰਕਾਰ ਇਹਦੇ 'ਤੇ ਬਿਲਕੁਲ ਕੰਨੀ ਵੱਟ ਕੇ ਬੈਠੀ ਹੈ, ਪਤਾ ਨਹੀਂ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਕਿੰਨੀ ਕੁ ਯਾਰੀ ਹੈ ਇਹਨਾਂ ਦੀ, ਜਿਹੜਾ ਇਹ ਕਿਸਾਨਾਂ ਦੀ ਇਹ ਨਹੀਂ ਵੇਖਦੇ ਕਿ ਉਹਨਾਂ ਦੇ ਕਿੰਨੇ ਸਾਲ ਹੋ ਗਏ ਫਸਲ ਵੇਚੀ ਨੂੰ, ਤਾਂ ਉਹਨਾਂ ਦੇ ਪੈਸੇ ਨਹੀਂ ਆ ਰਹੇ। ਸੋ ਇਹ ਸਰਕਾਰ ਨੂੰ ਅਨੁਭਵਿਆ ਕਰਨ। ਭਾਰਤੀ ਕਿਸਾਨ ਯੂਨੀਅਨ ਦੁਆਬਾ, ਤੇ ਇਹ ਅੱਜ ਕੰਪਲੈਕਸ ਦੇ ਵਿੱਚ ਧਰਨਾ ਤੁਸੀਂ ਲਗਾਉਣਾ, ਇੱਕ ਕਿੰਨਾ ਕੁ ਇੱਥੇ ਇਕੱਠ ਹੈ ਇਸ ਟਾਈਮ, ਅਤੇ ਕੀ ਕਾਹਦੇ ਲਈ ਇੱਥੇ ਧਰਨਾ ਲਾਇਆ ਗਿਆ? ਦੇਖੋ ਜੀ, ਜਿਹੜਾ ਧਰਨਾ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸੁਖਨਾਮ ਸਿੰਘ ਜੀ ਸਾਨੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦੀ ਕਾਲ ਸੀਗੀ ਕਿ ਜਿਹੜਾ ਧਰਨਾ ਲਾਇਆ ਗਿਆ, ਜੋ ਰਾਣਾ ਗੁਰਜੀਤ ਗਰੋਪਾ ਜਿਨ੍ਹਾਂ ਨੇ ਸਰਕਾਰ ਦੇ ਹਾਜ਼ਰੀ ਦੇ ਵਿੱਚ ਇਹ ਵਾਅਦਾ ਕੀਤਾ ਸੀਗਾ ਵੀ ਜੋ ਗੰਨੇ ਦੀ ਬਕਾਇਆ ਰਾਸ਼ੀ ਆ, ਜੋ 21-22 ਦੀ ਵੀ ਆ ਔਰ ਜੋ ਕਰੰਟ ਆ, ਉਹ ਅਸੀਂ ਜਲਦ ਤੋਂ ਜਲਦ ਉਹਨੂੰ ਦੇਵਾਂਗੇ। ਉਹ ਹਜੇ ਤੱਕ ਕੋਈ ਬਕਾਇਆ ਰਾਸ਼ੀ ਆਈ ਨਹੀਂ ਹੈਗੀ, ਇਸ ਤਹਿਤ ਅਸੀਂ ਇੱਥੇ ਧਰਨਾ ਲਾਇਆ ਗਿਆ। ਕਿੰਨੀ ਬਕਾਇਆ ਰਾਸ਼ੀ ਸੀ? ਬਕਾਇਆ ਰਾਸ਼ੀ ਜੋ 21-22 ਦੀ ਸੀ ਉਹ ਤਾਂ 27 ਕਰੋੜ ਸੀਗੀ, ਔਰ ਜੋ 23-24 ਦੀ ਰਾਸ਼ੀ ਆ ਉਹ 14 ਕਰੋੜ ਰੁਪਈਆ ਜੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਵੀ ਕੋਈ ਰਾਸ਼ੀ ਸੀਗੀ ਤੁਹਾਡੀ? ਬਿਲਕੁਲ ਜੀ, ਪੰਜਾਬ ਸਰਕਾਰ ਵਿੱਚ ਜਿਹੜੇ ਚੀਫ ਸੈਕਟਰੀ ਐਗਰੀਕਲਚਰ ਔਰ ਖੁੰਡੀਆ ਸਾਹਿਬ ਜਿਹੜੇ ਉਸ ਟਾਈਮ ਦੇ ਐਗਰੀਕਲਚਰ ਮਿਨਿਸਟਰ ਸੀਗੇ, ਉਹ ਹਾਜ਼ਰ ਸੀਗੇ ਜਦੋਂ ਰਾਣਾ ਗੁਰਜੀਤ ਦਾ ਬੇਟਾ ਰਾਣਾ ਇੰਦਰ ਪ੍ਰਤਾਪ, ਉਹਨਾਂ ਦੇ ਬਹਿ ਕੇ ਇਹ ਵਾਅਦਾ ਕੀਤਾ ਸੀਗਾ ਵੀ ਅਸੀਂ ਜੋ ਕਿਸਾਨਾਂ ਦੀ ਰਾਸ਼ੀ ਆ ਬਕਾਇਆ 21-22 ਦੀ ਵੀ ਤੇ 23-24 ਦੀ ਵੀ, ਉਹ ਅਸੀਂ ਪੂਰੀ ਕਰ ਦਾਂਗੇ ਜੁਲਾਈ ਤੀਕਰ। ਤੇ ਜੁਲਾਈ ਦਾ ਟਾਈਮ ਲੰਘ ਗਿਆ ਜੀ, ਅਸੀਂ ਉਦੋਂ ਬਾਅਦ ਵੀ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਇਸ ਬਾਰੇ ਦੱਸਿਆ ਜਾਵੇ, ਕਿਉਂਕਿ ਖੁੰਡੀਆ ਸਾਹਿਬ ਚਲੇ ਗਏ ਨੇ ਬਾਹਰ, ਤਾਂ CM ਸਾਹਿਬ ਨੂੰ ਇਹ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਸੀਗਾ ਮਸਲਾ।
ਪਰ ਉਹਨਾਂ ਨੇ ਵੀ ਹੱਸ ਕੇ ਟਾਲ ਦਿੱਤਾ ਵੀ ਰਾਣਾ ਮੇਰਾ ਦੋਸਤ ਹੈ, ਉਹਦੇ ਕੋਲ ਬਥੇਰਾ ਪੈਸਾ, ਮੈਂ ਕਹਿ ਦਿੰਦਾ ਉਹ ਦੇ ਦੇਗਾ ਤੁਹਾਨੂੰ। ਹੁਣ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਜਾਂ ਡੀਸੀ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਹੈ ਕੋਈ, ਜਿਸ ਤਰ੍ਹਾਂ ਦੀ ਧਰਨਾ? ਅਜੇ ਤੱਕ ਜੀ ਕੋਈ ਮੀਟਿੰਗ ਨਹੀਂ ਹੋਈ, ਪਰ ਅੱਜ ਜਿਹੜਾ ਧਰਨਾ ਲੀਕਿਆ ਗਿਆ ਉਹ ਅੱਜ ਸ਼ਾਮ ਤੀਕਰ ਦਾ ਵਾ, ਪਰ ਅੱਜ ਸ਼ਾਮ ਤੀਕਰ ਜੇ ਪ੍ਰਸ਼ਾਸਨ ਨੇ ਸਾਡੀ ਗੱਲ ਸੀਰੀਅਸਲੀ ਨਾ ਲਈ ਤਾਂ ਫਿਰ ਜਿਵੇਂ ਪ੍ਰਧਾਨ ਜੀ ਹੁਣਾਂ ਦਾ ਹੁਕਮ ਹੋਊਗਾ ਗਾਹਾਂ ਵਾਲਾ ਜਿਵੇਂ ਅਨਾਊਂਸ ਕਰਨਗੇ ਉਹ 'ਤੇ ਅਸੀਂ ਫੁੱਲ ਚੜਾਵਾਂਗੇ। ਗਾਂ ਲਈ ਤੁਸੀਂ ਕੀ ਕਰ ਰਹੇ ਹੋ? ਗਾਂ ਵਾਸਤੇ ਜਿਵੇਂ ਪ੍ਰਧਾਨ ਜੀ ਕਹਿਣਗੇ ਵੀ ਜੇ ਸਰਕਾਰ ਦੇ ਕੋਈ ਜੂ ਨਾ ਰਹੇਗੀ ਜਿਵੇਂ ਉਹਨਾਂ ਦਾ ਪ੍ਰੋਗਰਾਮ ਹੋਏਗਾ ਫਿਰ ਉਹ ਅਸੀਂ ਪਹਿਰਾ ਦੇ ਕੇ ਉਸ ਵੱਲ ਜਾ ਕੇ ਉਹਨੂੰ ਕਾਮਯਾਬ ਕਰਾਂਗੇ ਜੀ, ਤਾਂ ਕਿ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦਾ ਜੋ ਬਕਾਇਆ ਰਾਸ਼ੀ ਆ ਉਹ ਦਵਾ ਸਕੇ। ਇੱਕ ਜਿਸ ਤਰ੍ਹਾਂ ਰਮਨੀਤ ਬਿੱਟੂ ਜਿਹੜੇ ਬੀਜੇਪੀ ਦੇ ਨੇ ਉਹਨਾਂ ਵੱਲੋਂ ਇੱਕ ਕਿਹਾ ਗਿਆ ਕਿ ਕਿਸਾਨਾਂ ਨੂੰ ਜਿਹੜੀ ਆ ਬਾਹਰੋਂ ਫੰਡਿੰਗ ਹੁੰਦੀ ਹੈ, ਇਹਦੇ ਬਾਰੇ ਤੁਸੀਂ ਕਹੋਗੇ? ਰਮਨੀਤ ਬਿੱਟੂ ਦਾ ਤਾਂ ਕੰਮ ਹੀ ਆ ਜੀ, ਜਦੋਂ ਤਾਂ ਉਹ ਇੱਧਰ ਸਰਕਾਰ 'ਚ ਸੀਗਾ ਉਹਨੂੰ ਇਹ ਅਵਾਰਡ ਦਿੱਤਾ ਜਾਣਾ ਚਾਹੀਦਾ ਵੀ ਜਿਵੇਂ ਬਾਂਦਰ ਨੂੰ ਖਿੱਲਾਂ ਪਾ ਦਿੰਦੀਆਂ ਉਹਨੂੰ ਬਾਂਦਰ ਆ, ਉਹ ਬਾਂਦਰ ਨੂੰ ਖਿੱਲਾਂ ਪਾਤੀਆਂ ਕਦੇ ਇਹ ਸਰਕਾਰ ਨੇ ਪਾਤੀਆਂ ਉਹ ਬੋਲੀ ਜਾਂਦਾ, ਹੁਣ ਉਹ ਸਰਕਾਰ ਨੇ ਉਹਨੂੰ ਮਿਨਿਸਟਰੀ ਦੇਤੀ ਆ ਹੁਣ ਉਹ ਉੱਧਰਲੇ ਪਾਸੇ ਹੋ ਗਿਆ, ਸੋ ਉਹਦੀ ਗੱਲ ਨੂੰ ਆਪਾਂ ਸੀਰੀਅਸਲੀ ਨਾ ਲਈਏ ਤਾਂ ਚੰਗਾ, ਵੈਸੇ ਜਿੰਨਾ ਕਿਸਾਨ ਆ ਆਪਣੇ ਦੇਸ਼ ਦਾ ਉਹਨੂੰ ਸੀਰੀਅਸਲੀ ਨਹੀਂ ਲੈਂਦਾ। ਇਸ ਤਰ੍ਹਾਂ ਵੀ ਅੱਜ ਦੇ ਇਸ ਧਰਨੇ ਦਾ ਜੋ ਕਿਸਾਨਾਂ ਨੇ ਦਿੱਤਾ ਆ ਗੰਨੇ ਦੀ ਪੇਮੈਂਟ ਬਾਰੇ, ਸਭ ਤੋਂ ਪਹਿਲਾਂ ਤਾਂ ਮੈਂ ਪੁਰਾਣੀ ਪੇਮੈਂਟ ਦੀ ਗੱਲ ਕਰਾਂ ਤਾਂ ਜਦੋਂ ਨਵੀਂ ਮੈਨੇਜਮੈਂਟ ਨੇ ਇਸ ਮਿੱਲ ਨੂੰ ਓਵਰਟੇਕ ਕੀਤਾ ਹੈ ਉਸ ਤੋਂ ਸਪਸ਼ਟ ਕਿਹਾ ਸੀ ਵੀ ਪੁਰਾਣੀ ਪੇਮੈਂਟ ਪੁਰਾਣੇ ਓਨਰ ਹੀ ਕਰਨਗੇ, ਅਤੇ ਉਹਨਾਂ ਨੇ ਡੀਸੀ ਸਾਹਿਬ ਨੂੰ ਐਫੀਡੇਵਿਟ ਵੀ ਦਿੱਤੇ ਆ ਵੀ ਸਾਡੀ ਜਾਇਦਾਦ ਵੇਚ ਕੇ ਪੇਮੈਂਟ ਕਰ ਦਿੱਤੀ ਜਾਏ, ਜਿਹਦੇ ਵਿੱਚ ਸਦਰ ਸਾਹਿਬ ਵਾਦ ਸਾਹਿਬ ਪ੍ਰੈਜੈਂਟ ਸੀਗੇ ਜੋ ਡੀਸੀ ਕਪੂਰਥਲਾ ਦੇ ਆਫਿਸ ਵਿੱਚ ਮੀਟਿੰਗਸ ਹੋਈ। ਉਸ ਤੋਂ ਉਸ ਵੇਲੇ 47 ਕਰੋੜ ਪੇਮੈਂਟ ਪੁਰਾਣੀ ਬੈਲੈਂਸ ਸੀ ਜਿਹਦੇ 'ਚੋਂ 2 ਸਾਲਾਂ ਦੀ ਪੇਮੈਂਟ ਹੋ ਗਈ 20 ਕਰੋੜ ਰੁਪਇਆ, ਸਿਰਫ 1 ਸਾਲ ਦੀ ਬਕਾਇਆ ਪੁਰਾਣੀ ਪੇਮੈਂਟ ਬੈਲੈਂਸ ਹੈ ਜਿਹੜੀ ਕਿ 27 ਕਰੋੜ ਪੇਮੈਂਟ ਆਈ। ਨਵੀਂ ਪੇਮੈਂਟ ਬਾਰੇ ਨਵੇਂ ਇਨਵੈਸਟਰ ਦੀ ਜੋ ਇਹ ਗੱਲ ਹੈ ਕਿ ਅਸੀਂ ਪੇਮੈਂਟ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਐਸ ਟੀ ਐਮ ਨੂੰ ਕਿ ਅਸੀਂ ਅਗਸਤ ਸਾਰੀ ਪੇਮੈਂਟ ਜਿਹੜੀ ਕਰ ਦੇਵਾਂਗੇ। ਪਿਛਲੇ ਸਾਲ ਵੀ ਟਾਈਮ ਨਾਲ ਪੇਮੈਂਟ ਕਰਤੀ ਸੀ ਨਵੀਂ, ਇਸ ਸਾਲ ਵੀ ਕੁਛ ਪਿਛਲੇ ਸਾਲ ਜੋ ਗੜਬੜ ਹੋਈ ਮਿੱਲ ਦੀ ਰਿਪੇਅਰਮੈਂਟ ਪ੍ਰੋਪਰ ਨਹੀਂ ਹੋ ਸਕੀ ਕਿਉਂਕਿ ਮਿੱਲ ਨੂੰ ਲੋਕ ਲਾ ਦਿੱਤਾ ਸੀ ਕਿਸਾਨਾਂ ਵੱਲੋਂ, ਉਹਦੇ ਨਾਲ ਰਿਪੇਅਰਮੈਂਟਸ ਕਾਫੀ ਘਾਟਾ ਪਿਆ, ਇਸ ਕਰਕੇ ਥੋੜ੍ਹੀ ਡਿਲੇਅ ਹੋਈ ਅਤੇ ਪਰ ਇਹ ਵੀ ਜਿਹੜੀ ਪੇਮੈਂਟ ਹੋਣ ਵਾਲੀ ਵੀ ਹੈ ਇਹ ਵੀ 31 ਅਗਸਤ ਤੱਕ ਜਿਹੜੀ 9 ਕਰੋੜ ਰਹਿ ਰਹੀ, 14 ਕਰੋੜ ਨਹੀਂ ਰਹਿ ਰਹੀ, 9 ਕਰੋੜ ਦੇ ਤਕਰੀਬਨ ਪੇਮੈਂਟ ਰਹਿ ਰਹੀ ਹੈ ਇਹ ਵੀ ਖਤਮ ਹੋ ਜਾਏਗੀ।